ਚੁੱਪ ਰ ਮਾਈ ਵਾਪਸ ਆ ਜਾਂਦੀ ਮੈਂ ਬੂ ਸਮਾਨ ਲੈ ਆਂਦਰ ਉਹ ਲੱਗਦਾ 854 ਰੁਪਏ ਆ ਕੁਦੀਏ ਲਾਦੇ ਸਾਰਿਆਂ ਲੈ ਵੀ ਮਿੱਤਰਾ ਅੱਜ ਦੇ ਦਿਨ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਤੀ ਹੋ ਯਾਰ ਉਹਨਾਂ ਨੇ ਅੱਜ ਮਿੱਤਰ ਉੱਠੇ 5:30 ਵਜੇ ਖਾ ਪੀ ਕੇ ਹਲਕਾ ਫੁਲਕਾ ਜਿਹਾ ਅਤੇ ਮੈਂ ਚੱਲ ਬਾਹਰ ਦਾ ਗੇੜਾ ਮਾਰ ਕੇ ਆਈ ਸ਼ੇਰ ਨੂੰ ਮੈਂ ਕਿਹਾ ਮੈਂ ਚੱਲਾ ਉੱਠੋ ਰਾਤ ਬੜੇ ਤਗੜੇ ਤਗੜੇ ਗੱਲਾਂ ਕਰਦਾ ਹੈ ਕਿ ਸਵੇਰੇ ਮੈਂ ਤੇਰੇ ਨਾਲ ਹੀ ਉੱਠ ਪੈਣਾ ਅਤੇ ਹੁਣ ਸ਼ੇਰ ਨੇ ਚੰਗੀ ਤਰ੍ਹਾਂ ਆਵਾਜ਼ ਨਹੀਂ ਦਿੱਤੀ ਰਾਤ ਦੇ ਕਹਿੰਦੇ ਸਰਪੰਚ ਹੋਣੀ ਆ ਗਏ ਸ਼ੂਗਰ ਹਾਂ ਬਈ ਗੇਟ ਖੁੱਲ੍ਹਾ ਵੇਖ ਕੇ ਕਿੱਦਾਂ ਕਰਨ ਖੜੇ ਕਰ ਲਏ ਆ ਇੱਦਾਂ ਨਹੀਂ ਗੱਲ ਬਣਨੀ ਉਧਰ ਇਹ ਪੈਂਥਰ ਹੋਣੀ ਬਾਹਰ ਜਾਣਾ ਬਾਹਰ ਤੁਹਾਨੂੰ ਲੈ ਜਾ ਵਾਪਸ ਆਉਂਦਾ ਨਾਲ ਹੀ ਤੁਸੀਂ ਬਾਜੋ ਸਰਪੰਚਾਂ ਨੂੰ ਜਿੱਦਾਂ ਚੰਡੀਗੜ੍ਹ ਵਾਪਸ ਆਉਂਦਾ ਨਾਲ ਹੀ ਲੈਣ ਡਿਆ ਹੈ ਹੈਂ ਚੁੱਪਰ ਚੁੱਪਰ ਦੇਣ ਲੱਗ ਪੈ ਗਏ ਮੈਂ ਆ ਜਾਓ ਬਈ ਆਪਣਾ ਘਰ ਵੀ ਹੈਗਾ ਪਿੰਡ ਪੱਖੋ ਗਿਆ ਆਪਣਾ ਹੈਂ ਸਰਪੰਚ ਨੇ ਰਾਤੀ ਫਿਰ ਪਾ ਤੇ ਚੱਲ ਇਹਨਾਂ ਨੇ ਪਿੰਡ ਦੇ ਇੱਧਰ ਵੇਲਾ ਕੰਮ ਇਹਦੇ ਬਾਹਰ ਬੈਠੀ ਆ ਚੂਹਾ ਲੱਗਦੀ ਚੂਹਾ ਹੈ ਉਹ ਨਿੱਕੀ ਜਿਹੀ ਬੜੀ ਤੇਜ਼ ਆ ਇਹਦਾ ਜਵਾਕ ਹੈ ਜਿਹੜਾ ਉਹ ਵੀ ਵੇ ਉਹਦਾ ਚੂਹਾ ਦੇਖ ਪਵੇ ਇਹਨੂੰ ਸਹੀ ਬੜੀ ਚਵਲ ਫਿਰਦਾ ਵੀ ਕੁੜੀ ਆ ਮਿੱਤਰਾ ਇਹੋ ਜਿਹਾ ਸੈਰ ਕਰਨ ਦਾ ਨਜ਼ਾਰਾ ਆਉਣਾ ਅੱਜ ਫਿਰ ਮੈਂ ਢੇਰੀ ਢਾਲੀ ਲੱਗਾ ਮੈਂ ਕਿਹਾ ਬੰਦਾ ਕੋਈ ਉੱਠਿਆ ਨਹੀਂ ਫਿਰ ਰਹਿਣ ਦਿੰਦੇ ਹਨਾ ਸ਼ੇਰਾ ਉੱਠਿਆ ਨਹੀਂ ਸਰਪੰਚ ਨਹੀਂ ਰਾਤ ਲੇਟ ਆਏ ਚਲੋ ਉਹ ਤਾਂ ਵੈਸੇ ਸੈਰ ਨਹੀਂ ਕਰਕੇ ਕੁਛ ਮੈਂ ਚੱਲ ਅੱਜ ਇਕੱਲੇ ਘਰ ਆਈ ਜਾਣਾ ਪਰ ਜਿਹੜਾ ਇਹੋ ਜਿਹਾ ਸੈਰ ਕਰਨ ਦਾ ਨਜ਼ਾਰਾ ਆਉਣਾ 6 ਤੋਂ 7 ਵਜੇ ਦੇ ਵਿੱਚ ਉਹਦੇ 5:30 ਵਜੇ ਬੰਦਾ ਨਿਕਲ ਜੇ ਪਰ ਇੱਕ ਲੇਟ ਹੋ ਜਾਈਦਾ ਬਦੋ ਬਦੀ ਕਰਕੇ ਵੇਖ ਕਦੇ ਆਨੰਦ ਆਉਂਦਾ ਆਨੰਦ ਪਰ ਪਿੰਡ ਦੇ ਵਿੱਚ ਜ਼ਿਆਦਾ ਨਜ਼ਾਰਾ ਸ਼ਹਿਰਾਂ ਤੋਂ ਵੀ ਤੁਹਾਨੂੰ ਪਤਾ ਫਿਰ ਘੁੱਟਣ ਜੀ ਹੁੰਦੀ ਹੈ ਨਾ ਆਹ ਨਜ਼ਾਰਾ ਨਹੀਂ ਲੱਭਣਾ ਪਿੰਡ ਵਾਲਾ ਬਾਕੀ ਮੌਸਮ ਦਾ ਨਾ ਬੜਾ ਫਰਕ ਪੈਣ ਡਿਆ ਦਿਨਾਂ 'ਚ ਹੀ ਹੁਣ ਟੀ ਸ਼ਰਟ ਪਜਾਮਾ ਪਾਇਆ ਅਤੇ ਠੰਡ ਜੀ ਲੱਗਦੀ ਇਹ ਟਰੈਕ ਸੂਟ ਜੇ ਕੱਢਦੇ ਹਨ ਵਿੰਡ ਸ਼ੀਟਰ ਜਿਹੇ ਵਾਲੇ ਹੁੰਦੇ ਨਾ ਜਿਹੜੇ ਫਿਰ ਸੈਰ ਕਰਨ ਦਾ ਨਜ਼ਾਰਾ ਆਇਆ ਕਰਨਾ ਕਹਿੰਦੇ ਚੋਬਰ ਨਾਲ ਸੈਰ ਕਰਨ ਹੀ ਆਇਆ ਤੈਨੂੰ ਬਥੇਰੀਆਂ ਆਵਾਜ਼ਾਂ ਵੂਜ਼ਾਂ ਮਾਰੀਆਂ ਤੂੰ ਉੱਠਿਆ ਨਹੀਂ ਤੇ ਹੈਂ ਆ ਜਾ ਮੁੜਿਆ ਵਾ ਰਾਤੀ 9:30 ਵਜੇ ਆਪਾਂ ਸੌਂ ਗਏ ਹਾਂ ਤਾਂ ਅਜੇ ਨੀਂਦ ਨਾ ਪੂਰੀ ਉਹ ਤਾਂ ਮਾੜੀ ਗੱਲ ਆ ਹੈਂ ਨੀਂਦ ਹੁਣ ਇੱਦਾਂ ਹੀ ਹੈ ਕਿ ਜਿੰਨਾ ਆਪਾਂ ਲੰਮੀ ਨੀਂਦ ਕਰੀਏ ਉਨੀ ਲੰਮੀ ਹੁੰਦੀ ਜਾਣੀ ਆ ਇਹ ਨੀਂਦ ਨੂੰ ਛੋਟੀ ਕਰੋ ਕੰਮ ਧੰਦੇ ਨੂੰ ਵੱਡਾ ਕਰੋ ਨੀਂਦ ਵੱਡੀ ਕਰ ਲਈ ਤਾਂ ਕੰਮ ਧੰਦੇ ਛੋਟੇ ਹੋ ਜਾਂਦੇ ਆ ਅਤੇ ਫਿਰ ਪੈਸਾ ਕੈਸੇ ਬਣੇਗਾ ਬਾਈ ਰੇ ਹੈਂ ਕਹਾਂ ਸੇ ਕੌਫੀਆਂ ਡਾਲੀਏ ਹੈਂ ਨਿੱਕਰ ਬਿੱਕਰ ਜਾ ਕੇ ਜਦੋਂ ਬਹਿ ਜਾਈਦਾ ਤਾਂ ਫਿਰ ਜਦੋਂ ਨਾ ਕੰਮ ਕੀਤਾ ਤਾਂ ਫਿਰ ਨਿੱਕਰ ਬਿੱਕਰ ਨਹੀਂ ਬਿਠਾ ਜਾਣਾ ਫਿਰ ਘਰੇ ਜਾਵਾਂ ਚੱਲੀਏ ਚੱਲ ਵੀ ਚੋ ਭਰਾ ਨਹਾਈਏ ਧੋਈਏ ਅਤੇ ਤਲੀਏ ਹਾਂ ਭਾਈ ਬਾਹਰ ਜਾਣ ਨੂੰ ਕਾਲੇ ਨੇ ਇੱਦਾਂ ਨਹੀਂ ਜਾਂਦੇ ਨਾ ਤੁਹਾਨੂੰ ਬਾਹਰ ਤੁਸੀਂ ਕਰਦੇ ਖਰਾਬੀਆਂ ਬਾਅਦ ਜੋ ਵਾਪਸ ਆਉਂਦਾ ਨਾ ਨਹੀਂ ਲੈਂਦੇ ਇੱਕ ਇੱਕ ਲਓਗੇ ਅੰਦਰ ਹੀ ਲਓਗੇ ਅੰਦਰ ਇੱਥੇ ਇੱਥੇ ਲਓਗੇ ਇੱਥੇ ਵੀ ਮਿੱਤਰਾ ਸਜ਼ਾਰ ਹੋਣੀ ਤਾਂ ਹੋ ਗਈ ਰੈਡੀ ਸਿਰਾ ਮੇਰਾ ਜ਼ੋਟ ਰਹਿ ਗਿਆ ਸਿਰਾ ਕਿਨਾਣਾ ਲੱਗਣਾ ਹੋਏ ਚੋਬਰਾ ਮੈਂ ਵੀ ਆਪਾਂ ਡਾਇਟ ਸ਼ਾਇਟ ਕਰੀਏ ਤਿਆਰ ਚੋਬਰ ਦੇ ਨੇਤਰਾਂ ਨੂੰ ਵੀ ਹੋਇਆ ਵਾ ਸਵੇਰੇ ਸਵੇਰੇ ਹੀ ਚਲਾ ਚਲੀਏ ਦਰਸ਼ਨ ਮੇਲੇ ਕਰਕੇ ਗੁਰੂ ਮਹਾਰਾਜ ਦੇ ਫਿਰ ਚੱਲਦੇ ਹਾਂ ਜਿਮ ਕੰਮ ਨਿਕਲੀਏ ਬੜੇ ਕਰਨ ਵਾਲੇ ਆ ਦੋ ਤਿੰਨ ਦਿਨ ਵੀ ਕੀਤਾ ਕੁੱਖ ਨਹੀਂ ਅਸੀਂ ਇੱਦਾਂ ਤੁਰ ਫਿਰ ਕੇ ਟਾਈਮ ਲੰਘਾ ਲਿਆ ਮਿੱਤਰੋ ਮੌਸਮ ਦਾ ਨਾ ਮੌਸਮ ਦਾ ਵਾਹਵਾ ਹੀ ਫਰਕ ਪੈ ਗਿਆ ਜੀ ਗੱਡੀ 'ਚ ਵੀ ਏਸੀ ਬੰਦ ਅਤੇ ਘਰੇ ਘਰ ਦੇ ਵੀ ਏਸੀ ਹੋ ਗਏ ਤਕਰੀਬਨ ਬੰਦ ਹੀ ਰਾਤ ਨੂੰ ਲਾਉਣਾ ਪੈਂਦਾ ਘੰਟਾ ਕੁ ਬਾਅਦ ਸਾਰਾ ਰੂਮ ਵਧੀਆ ਸਾਈ ਦਾ ਠੰਡਾ ਰਹਿੰਦਾ ਪਰ ਇੱਕ ਸਵੇਰੇ ਸੈਰ ਕਰਨ ਗਿਆ ਸੀ ਅਤੇ ਉਦੋਂ ਵੀ ਠੰਡ ਲੱਗਦੀ ਅਤੇ ਹੁਣ ਵੀ ਗੱਡੀ 'ਤੇ ਜਦੋਂ ਮੈਂ 6 ਵਜੇ ਸਟਾਰਟ ਕੀਤੀ ਅਤੇ ਮੈਂ ਅੱਗੇ ਵਿੱਚ ਬੈਠਾ ਤਾਂ ਏਸੀ ਚੱਲਣ ਡਿਆ ਫਿਰ ਠੰਡ ਲੱਗਦੀ ਅਤੇ ਮੇਰੇ ਮਿੱਤਰ ਠੰਡ ਤੋਂ ਬਾਜਿਓ ਜਦੋਂ ਠੰਡ ਆਉਂਦੀ ਹੁੰਦੀ ਅਤੇ ਉਦੋਂ ਵੀ ਕੰਮ ਖਰਾਬ ਹੁੰਦਾ ਜਦੋਂ ਜਾਂਦੀ ਉਦੋਂ ਕੰਮ ਖਰਾਬ ਹੁੰਦਾ ਜੀ ਹੁਣ ਠੰਡ ਆਉਣ ਡਈ ਜੇ ਬਚ ਕੇ ਰਿਹਾ ਹੁਣ ਦੀ ਲੱਗੀ ਨਲੀ ਨਾ ਸਾਰਾ ਸਿਆਲ ਸੂੰ ਸੂੰ ਕਰਕੇ ਕੱਢੋਗੇ ਬਾਅਦ ਰੱਖਿਓ ਧਿਆਨ ਆਪਣਾ ਮੇਰੇ ਭਰਾ ਕਹਿੰਦੇ ਚੋਬਰ ਰੈਡੀ ਸ਼ੈਡੀ ਹੋ ਗਏ ਤੇ ਨਿਕਲ ਪਏ ਜੇ ਚੋਬਰ ਹੈ ਤੇਰਾ ਪਰਨਾ ਕਿੱਥੇ ਹੋਏ ਮੈਂ ਉਸਤਾਦ ਚਲ ਬਾਅਦ ਦੱਸ ਰਹੀ ਪਰ ਮਾੜੀ ਗੱਲ ਆ ਲੈ ਵੀ ਅਸੀਂ ਚੱਲੇ ਹਾਂ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਨ ਦਰਸ਼ਨ ਕਰਕੇ ਫਿਰ ਅਸੀਂ ਆਵਾਂਗੇ ਘਰ ਨੂੰ ਅਤੇ ਘਰੋਂ ਹੋ ਕੇ ਉਸ ਤੋਂ ਬਾਅਦ ਦੇਖਾਂਗੇ ਜਿੰਮ ਦਾ ਕੀ ਮਾਹੌਲ ਬਣਦਾ ਫਿਰ ਜਿੰਮ ਜਾਵਾਂਗੇ ਹੈਂ ਲਾਉਣੀ ਜਿੰਮ
ਸ਼ੁਕਰ ਹੈ ਮਹਾਰਾਜ ਨੇ ਆਤਾ ਤੈਨੂੰ ਸ਼ੁਕਰ ਹੈ ਮਹਾਰਾਜ ਦਾ ਸ਼ੁਕਰ ਹੈ ਓ ਬੱਲੇ ਕਲੀਆਂ ਪੈਣ ਗਈਆਂ ਮੱਛੀਆਂ ਬਣ ਗਈਆਂ ਮਸ਼ੀਨ ਦੀ ਦੂਜੀ ਟ੍ਰਿਮਰ ਦੀ ਚਾਰਜਰ ਲਾਈ ਮੈਂ ਚੱਲ ਥੋੜੀ ਥੋੜੀ ਦਾੜੀ ਘਰੇ ਹੌਲੀ ਕਰਕੇ ਸਾਰੀ ਮੋਚ ਨੂੰ ਟੱਕ ਲੈ ਕੇ ਇਹ ਹੁਣ ਲੱਗਣ ਡਿਆ ਸਰਹੰਦ ਵਾਲਾ ਸੂਬਾ ਦੱਸਿਆ ਗਿਆ ਆਹ ਗੱਲ ਤੇ ਆਹ ਬਾਤ ਹੋਈ ਆ ਮਨ ਲੰਡੇ ਜਿਹੜੇ ਬਣੀ ਫਿਰ ਮੂੰਹ ਖਾ ਕੇ ਤੇਰਾ ਜੇ ਸੂਬੇ ਚ ਫਰਕ ਨਿਕਲੂ ਫਿਰ ਗੁਰੂ ਮਹਾਰਾਜ ਦਰਸ਼ਨ ਵੇਲੇ ਕਰ ਲਏ ਜੀ ਤੇ ਹੁਣ ਚੱਲਦੇ ਆ ਸਿੱਧਾ ਘਰੇ ਤੇ ਘਰ ਤੋਂ ਫਿਰ ਥੋੜਾ ਬਹੁਤਾ ਹਲਕਾ ਫੁਲਕਾ ਖਾ ਪੀ ਕੇ ਤੇ ਉਹ ਤੋਂ ਬਾਅਦ ਚੱਲੇ ਪਾਵਾਂਗੇ ਜੀ ਪੂਰੇ 10 ਵਜੇ ਆਪਾਂ ਘਰੋਂ ਤੁਰਨਾ ਜੇ ਮੈਨੂੰ ਮੰਜ਼ਾ ਲਿਆ ਇੱਥੇ ਮੰਜ਼ਾ ਤੇ ਲਿਆਓ ਬਈਏ ਫਿਰ ਇੱਥੇ ਲਾਇਆ ਵੀ ਚੋਬਰ ਕਹਿੰਦੇ ਦਰਸ਼ਨ ਮੇਲੇ ਕਰਕੇ ਤੇ ਆ ਗਏ ਘਰੇ ਘੜੀ ਝੂਟੀ ਲਾ ਕੇ ਨਾ ਇੱਥੇ ਤੇ ਫਿਰ ਚੱਲਦੇ ਹਾਂ ਜਿੰਮ ਨੂੰ ਹਾਲੇ ਨਾ ਰਾਸ਼ਨ ਪਾਣੀਆਂ ਲੇੜੀਆਂ ਜੇ ਹੁਣੇ ਜਿੰਮ ਚੱਲ ਗਏ ਨਾ ਤਾਂ ਫਿਰ ਜਿਹੜੀਆਂ ਰੋਟੀਆਂ ਅਤੇ ਜਿਹੜਾ ਸ਼ੇਕ ਪੀਤਾ ਅਤੇ ਉਹ ਆਉਣਾ ਬਾਹਰ ਨੂੰ ਇਸ ਕਰਕੇ ਰੋਕ ਜਾਂਦੇ ਅੱਧਾ ਘੰਟਾ 9:30 ਹੋਏ 10 ਕੁ ਵਜੇ ਨਿਕਲਾਂਗੇ ਲੋਏ ਲੋਏ ਜੀ ਬਾਜ਼ਾਰ ਹੋਣੀ ਦੀ ਚੱਲੀ ਜਿੰਮ ਨੂੰ ਤਾਂ ਚੋਬਰ ਨੇ ਕਹਿੰਦੇ ਫਾਰਮ ਹਾਊਸ ਵਾਲੇ ਪਾਸੇ ਦਾ ਕੰਮ ਕਰਤਾ ਜੀ ਸ਼ੁਰੂ ਇੱਧਰ ਵੀ ਪੀਓਪੀ ਕਰਤੀ ਉਹ ਸ਼ੁਰੂ ਮੁੜਿਆ ਨੇ ਉੱਧਰ ਆਪਣੀ ਪੀਓਪੀ ਸਾਰੇ ਘਰ ਦੀ ਮਤਲਬ ਕਿ ਡਾਊਨ ਸੀਲਿੰਗ ਜਿਹੜੀ ਉਹ ਡਨ ਹੋ ਗਈ ਆ ਅਤੇ ਨਾਲ ਹੀ ਆਪਾਂ ਹੁਣ ਮੈਨੂੰ ਇਹ ਇਹਨਾਂ ਨੂੰ ਹਟਾ ਤਾ ਨਾ ਇੱਕ ਵਾਰ ਦੁਬਾਰਾ ਬੰਦੇ ਕਿਤੇ ਨਾ ਕਿਤੇ ਕੰਮ 'ਤੇ ਲੱਗ ਜਾਂਦੇ ਆ ਇਸ ਕਰਕੇ ਨਾਲ ਹੀ ਆਪਾਂ ਫਾਰਮ ਹਾਊਸ ਸ਼ੁਰੂ ਕਰਾ ਤਾ ਕਿਸੇ ਪਾਸੇ ਤੁਸੀਂ ਨਿਬੇੜ ਕੇ ਅਤੇ ਫਿਰ ਹੀ ਮੇਰਾ ਵੀਰ ਜਾਏਗਾ ਅਤੇ ਹੁਣ ਆਪਾਂ ਚੱਲੀਏ ਜਿੰਮ ਚੱਲ ਵੀ ਚੋਬਰਾ ਮੰਜੇ ਕਰ ਦਿਓ ਪਾਸੇ 'ਤੇ ਜਿੰਮ ਲਾਈਏ ਆਪਾਂ ਜਿੰਮ ਲਾ ਕੇ ਫਿਰ ਵੇਨੇ ਕੀ ਮਾਹੌਲ ਬਣਦਾ ਚੋਬਰਾ ਪਾ ਦੇ ਚੱਲੇ ਜਿੰਮ ਨੂੰ ਜਿੰਮ ਲਾ ਕੇ ਫਿਰ ਵੇਨੇ ਕੀ ਮਾਹੌਲ ਬਣਦਾ ਮਾਹੌਲ ਤਾਂ ਅਜਿਹੋ ਹੀ ਆ ਥਾਂ ਥੋਂ ਬਣਾਈਏ ਯਾਰ ਵੇਖੀਏ ਮੰਨੇ ਦੀ ਗੱਲ ਖਣੋ ਵਾਲੀਬਾਲ ਦੇ ਨੈੱਟ ਤਾਂ ਲੱਗਾ ਨਹੀਂ ਫੁੱਟਬਾਲ ਲਿਆਈਏ ਹੈ ਨਾ ਸ਼ਾਮੀ ਚਾਰ ਲੱਤਾਂ ਮਾਰ ਲਿਆ ਕਰਾਂਗੇ ਹੋਰ ਕੀ ਇਹ ਤਾਂ ਕਰ ਹੀ ਸਕਦੇ ਆਪਾਂ ਇੱਕ ਦੂਜੇ ਨਾਲ ਸਿੰਗਲ ਸੁਣਾ ਕੇ ਵਜਾ ਕਰਾਂ ਘੜੀ ਚੋਬਰਾ ਵਰਕਆਊਟ ਹੋ ਗਿਆ ਯਾਰ ਓਕੇ ਰਿਪੋਰਟ ਅੱਜ ਗਾਹੀ ਲੈਗ ਦਾ ਅਤੇ ਨਾਲ ਹੀ ਟ੍ਰਾਈਸੈਪ ਦਾ ਹਾਂ ਵੀ ਤੁਸੀਂ ਦੋਵੇਂ ਇੱਕ ਜਗ੍ਹਾ ਸੂਤਰ ਆਉਂਦਾ ਜਿੱਦਾਂ ਬਾਬਾ ਬਸ਼ੇਰ ਸੂਤਰ ਆਉਂਦਾ ਨਾ ਇਹ ਸ਼ੇਰਾਂ ਦੇ ਇੱਧਰ ਭਲਵਾਨ ਦੋਵਾਂ ਦਾ ਮੈਚ ਫਸਮਾ ਹੋ ਜਾਇਆ ਕਰਨਾ ਇਹ ਪਿਆਰ ਇੱਦਾਂ ਹੀ ਇਹ ਇੱਧਰ ਰਹਿਣਾ ਭਰੇ ਆ ਨਾ ਇਹਦੇ ਤੁਸੀਂ ਤਵੇ ਲਾਉਂਦੇ ਨਾ ਤੁਸੀਂ ਦੋਵੇਂ ਇੱਕ ਜਗ੍ਹਾ ਸੂਤਰ ਆਇਆ ਕਰਨੇ ਆ ਮਾਲਕ ਉਹਦਾ ਸ਼ਾਮਾਂ ਨੂੰ ਕੋਕਰੀ ਆਇਆ ਕਿੱਧਰ ਹੋਣੇ ਆਉਂਦੇ ਡਿਆ ਜਿੰਮ ਲਾ ਲਿਆ ਸੀ ਮੁੰਡਿਆਂ ਨੇ ਓਕੇ ਰਿਪੋਰਟ ਜਾ ਕੇ ਆਪਾਂ ਨੂੰ ਮਿੱਤਰੋਂ ਅੰਮ੍ਰਿਤਸਰ ਜਾਣਾ ਪੈਣਾ ਇੱਕ ਵਾਰ ਪੱਥਰ ਵੇਖ ਕੇ ਆਈਏ ਜਿਹੜਾ ਪੌੜੀਆਂ ਲੱਗਣਾ ਆਪਣੇ ਚੇਟੀ ਮਾਰਨੀ ਆ ਪਹੁੰਚ ਨਹੀਂ ਕਰਨਾ ਅਗੇ ਸ਼ਾਮਾਂ ਨੂੰ ਪੈਲੀ ਬਣਾ ਕੇ ਨਾ ਅਤੇ ਫਿਰ ਵਿਹਲੇ ਆਪਾਂ ਹੋਰ ਕੋਈ ਕੰਮ ਨਹੀਂ ਬਸ ਮੈਂ ਫਿਰ ਲਵਾਂਗੇ ਸ਼ਾਮਾਂ ਨੂੰ ਚੋਬਰੋ ਖੋਲੋ ਗੇਟ ਅਤੇ ਪ੍ਰਸ਼ਾਦਾ ਪਾਣੀ ਸਹੀ ਅਤੇ ਨਿਕਲੀਏ ਸ਼ਹਿਰ ਨੂੰ ਟਾਈਮ ਸਿਰ ਆਉਣ ਵਾਲੇ ਬਣਾਂਗੇ ਸੌਣ ਦੀ ਦੇਰ ਨਾ ਕਰੋ ਕਦੇ ਹੈਂ ਦੱਸ ਦੇਣੀ ਜੇ ਜਿਹੜੇ ਸੌਣ ਨੂੰ ਫਿਰਦੇ ਤੁਸੀਂ ਸੌਣ ਨੂੰ ਘੰਟਾ ਰੈਸਟ ਮਾਰ ਲਈ ਨਹੀਂ ਗੱਲ ਬਣਨੀ ਵੇਰ ਲਾ ਹੋ ਗਿਆ ਖਾਇਆ ਨਾਲ ਜਾ ਕੇ ਰੋਟੀ ਪਾਓ ਖਾਈਏ ਤੇ ਨਿਕਲੀਏ ਨਾ ਕੇ ਬਣਾਣੇ ਆਉਣੇ ਆ ਮਾਦੀ ਅੱਡੀ ਉਹ ਨਾਲ ਚੌਲੀ ਦੇ ਨਾਲ ਸਬਜ਼ੀ ਦੀ ਛੁਗਲਿਆਂ ਦੀ ਨਾਲ ਫਿਰ ਚੋਬੇ ਹੋਣੀ ਜਿਹੜੇ ਇਹਦੇ ਵਾਟ ਕਹਿੰਦੇ ਰੋਟੀਆਂ ਨੂੰ ਦੂਹਾ ਦੂ ਚੱਲਣਾ ਹੀ ਕੰਮ ਬਾਬਾ ਕਿੱਥੇ ਆਪਣਾ ਬਾਬਾ ਮੈਂ ਦੇਣਾ ਰਸੋਈ ਸੀ ਇੱਧਰ ਨੂੰ ਆਇਆ ਨਹੀਂ ਬਾਬਾ
ਰੋਟੀ ਖਾ ਲੈ ਤਿਆਰ ਹੋ ਤੇ ਸ਼ੇਰਾ ਨਿਕਲੀ ਹੈ ਸ਼ਹਿਰ ਨੂੰ ਕੰਮ ਨਿਕਲੀ ਵਾਲੇ ਕਰਨ ਵਾਲੇ ਇਹਨਾਂ ਸਾਰਾ ਦਿਨ ਹੀ ਆਪਣਾ ਸ਼ਹਿਰ ਲੰਘ ਜੇ ਬਾਜੋ ਫੋਰਚੂਨਰ ਲਾ ਦੇ ਅੰਦਰ ਡਰਾਈਵਰ ਲਓ ਕੱਢ ਛਾਵਾਂ ਛਾਵਾਂ ਪੀ ਲਿਆ ਮੁੰਡਾ ਸ਼ਾਮ ਨੂੰ ਪੈਲੀ ਹੋਣੀ ਆਪਾਂ ਟਾਈਮ ਸਿਰ ਆ ਕੇ ਤੇ ਐਂ ਕੱਢ ਦਿੰਦੇ ਕੜੇ ਫੜ ਕੇ ਉਹਦੇ ਤੇ ਫਿਰ ਆਪਾਂ ਉੱਥੇ ਫੁੱਟਬਾਲ ਤੇ ਵਾਲੀਬਾਲ ਦਾ ਨੈੱਟ ਲਾਉਣਾ ਲਾਉਣਾ ਗੱਲ ਕਹਿੰਦੀ ਬੰਦੇ ਆਪਣੇ ਚੋਬਰ ਸਾਥ ਨਹੀਂ ਦੇਣੇ ਬੰਦੇ ਆਪਾਂ ਥੋੜ੍ਹੇ ਰਹਿ ਜਾਂਦੇ ਲੈ ਵੀ ਚੋਬਰਾ ਚਾਬੀ ਵੀ ਰਾਣੀ ਸੁੰਦਰਾ ਦੀ ਹੈਂ ਗੰਦੀ ਆਈ ਸ਼ਾਮ ਨੂੰ ਇਹਨੂੰ ਵੀ ਇਕਰਾ ਪਾਣੀ ਮਾਰਦੇ ਹਾਂ ਮਿੱਤਰਾ ਪਾ ਤੇ ਚਾਲੇ ਯਾਰ ਹੋਣਾ ਨੇ ਅੰਮ੍ਰਿਤਸਰ ਨੂੰ 2:15 ਤੇ ਤੁਰੇ ਯਾਰ ਹੋਣੇ ਤੇ ਵੇਖਦੇ ਕਿੰਨੇ ਵਜੇ ਪਹੁੰਚਦੇ ਤੇ ਕਿੰਨੇ ਵਜੇ ਵਾਪਸ ਤਿਆਰ ਪਰ ਤਿਆਰ ਜੀ ਹੁਣ ਇਹ ਨਹੀਂ ਪਤਾ ਤਵਾ ਕਿੱਥੇ ਲੱਗਣਾ ਤੇ ਕੀ ਬੰਨਣਾ ਬਾਬਾ ਦਬਣਾ ਨਹੀਂ ਅੱਜ ਮੱਛਰ ਪੂਰੇ ਨਵੇਂ ਪਾਈ ਮੁੰਡਿਆਂ ਨੇ ਕਹਿੰਦੇ ਚੋਬਰਾਂ ਨੇ ਕਾਲੀ ਦੂਜੇ ਕਮਰੇ ਤਾਂ ਗੱਡੀ ਚੋਣੇ ਤੁਰੇ ਕੁੜੀ ਉਹ ਸਰਪੰਚ ਨੀ ਆਉਂਦੀ ਉਹ ਚੋਬਰ ਘੇਰੇ ਗਿਆ ਇਹ ਜਿਹੜੀ ਥਾਂ ਲੈਣੀ ਲਈ ਚੋਬਰ ਪਰੇ ਪਰਾਂ ਪਾਸਾਂ ਮਾਰ ਜਾਣਗੇ ਇਹ ਦੀਨੇ ਵਾਲੇ ਰੋਡ ਨੂੰ ਮਾਰਨਗੇ ਚੋਬਰ ਇਹ ਚੋਬਰ ਵੇਖੀ ਹੁਣ ਚੋਬਰ ਘੇਰੇ ਗਿਆ ਇਹ ਚੋਬਰ ਹਾਏ ਵੇ ਚੋਬਰੋ ਚੋਬਰ ਘੇਰੇ ਗਿਆ ਇਹ ਚੋਬਰ ਚੋਬਰ ਘੇਰੇ ਗਿਆ ਇਹ ਚੋਬਰ ਚੋਬਰਾ ਕਿੱਦਾਂ ਚੋਬਰਾ ਚੋਬਰ ਮਹਾਂ ਹੀ ਵਾਪਸ ਆ ਚੰਡੀਗੜ੍ਹ ਮੈਂ ਆਪੂ ਸਮਾਨ ਲੈ ਆਉਂਦਾ ਸ਼ਹਿਰੋਂ ਆ ਗਏ ਅਸੀਂ ਪੈਲੀ ਹੋਣੀ ਆਪਾਂ ਆ ਗਏ ਉਹ ਮੇਰੇ ਸਾਹਮਣੇ ਮਿੱਚੇ ਪਈ ਉਹ ਦੂਜੇ ਕਮਰੇ 'ਚ ਆ ਆ ਗਏ ਅਸੀਂ ਘੰਟੇ 'ਚ ਮਾਰਦੇ ਗੇੜਾ ਛੇੜਾ ਆ ਗਏ ਹਾਰ ਦੇ ਤਾਂ ਚਾਚ ਲਿਆ ਆਪਾਂ ਸਰਪੰਚ ਤੋਂ ਹਾਰ ਲਿਆ ਸਰਪੰਚ ਚੰਡੀਗੜ੍ਹ ਹੈ ਨਾ ਲੈ ਵੀ ਚੋਬਰ ਘੇਰੇ ਗਏ ਸਵੇਰ ਦੇ ਇਹ ਤੇ ਗੋਰੀ ਦੋਵੇਂ ਹੀ ਜਾਣੇ ਵੇ ਕੌਫੀ ਠਾ ਕੌਫੀ ਸਟੀਕਾ ਮੈਨੂੰ ਹੈ ਮੈਂ ਕੁੜੀਆ ਭਾਜੀ ਤੁਹਾਡਾ ਭੁੱਖਾ ਮੰਡਿਆ ਤੁਸੀਂ ਕੁੜੀਆ ਨਿੱਕਰ ਬਿਕਰ ਬੈਠੇ ਤੇ ਇੱਧਰ ਕੁੜੀਆਂ ਕੁੜੀਆਂ ਕਹਿੰਦੇ ਪਰੋਟੀ ਨੂੰ ਲੱਭਣ ਡਿਆ ਗਰੀਬੀ ਦਾ ਵੇ ਜੀਂਦੇ ਆ ਉੱਪਰ ਧੁੱਪ ਲੱਗਦੀ ਵੇ ਪਰਲੇ ਪਾਸੇ ਗਾੜ ਜਾ ਕੇ ਦਸ ਸਾਈਡ ਨੂੰ ਲਾਇਆ ਤੇ ਕੁੜੀਆਂ ਵੇ ਅਮਰੀਕਾ ਚੋਂ ਆਇਆ ਕਹਿ ਜੋ ਆਇਆ ਸਾਰੇ ਪਿੰਡ ਵਾਲੀਆਂ ਵੱਟਾਂ ਤੇ ਇਹ ਵੱਟਾਂ ਵਾਲੀ ਤੂੰ ਕਰਦੀ ਤੂੰ ਅਮਰੀਕਾ ਆ ਤਾਂ ਤੂੰ ਸਾਰੇ ਪਿੰਡ ਵਾਲਾ ਅਮਰੀਕਾ ਨਹੀਂ ਅਮਰੀਕਾ ਹੈ ਅਮਰੀਕਾ ਪਰ ਸ਼ੇਰਾ ਫੀਲਿੰਗ 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 ਤੂੰ ਪੂਰੀ ਲੈਣ ਦੇ ਮਨ ਦਾ ਨਾ ਮਨ ਮੈਂ ਫੀਲਿੰਗ ਲੈਣ ਦੇ ਉਹ ਛੱਡਾ ਮੈਨੂੰ ਇਹ ਸਿਆਣਾ ਨਹੀਂ ਅਮਰੀਕਾ ਨੇ ਕਿਹੜਾ ਵੇਲੇ ਲੈ ਵੀ ਮਿੱਤਰਾ ਚੋਬਰ ਕਹਿੰਦੇ ਪਹੁੰਚ ਗਈ ਅੰਮ੍ਰਿਤਸਰ ਤੇ ਕਹਿੰਦੀ ਅੰਮ੍ਰਿਤਸਰ ਦੀ ਸ਼ਾਨ ਕਿਆ ਬਾਤ ਹੈ ਗੋਲਡਨ ਗੇਟ ਤੋਂ ਪਛਾਣਿਆ ਜਾਂਦਾ ਅੰਮ੍ਰਿਤਸਰ ਹੈ ਪਰ ਅਸੀਂ ਡਾਂਡੇ ਮਿੱਟੇ ਹੋ ਜਾਈਦਾ ਇੱਥੇ ਅਫਸਰ ਖਲੋਤੇ ਹੁੰਦੇ ਕਿਸੇ ਡੱਕ ਲੈਂਦੇ ਅਸੀਂ ਨਹੀਂ ਚਾਹੁੰਦੇ ਸਾਨੂੰ 500,000 ਦੇਣਾ ਪਵੇ ਕਿਉਂਕਿ ਸਾਡੀ ਗੱਡੀ ਦਾ ਪਿਛਲਾ ਸ਼ੀਸ਼ਾ ਕੱਲ੍ਹ ਹੈਗਾ ਹੈ ਨਾ ਮੌਕੇ ਦਾ ਚਲਾਣਾ ਕਰਾਉਣਾ ਪੈ ਗਿਆ ਅਤੇ ਕੰਮ ਖਰਾਬ ਹੋ ਜਾਣਾ ਕਿਉਂ ਬਾਬਾ ਇਹ ਕਰਕੇ ਸ਼ੋਰਟਕਟ ਤੁਹਾਡੇ ਕੋਲ ਹੈਗੇ ਆ ਚੋਰ ਰਾਜ ਨੂੰ ਕਹਿ ਦਿੰਦੇ ਪੰਜਾਬੀ ਸ਼ੀਸ਼ਾ ਕਾਲਾ ਇੱਕ ਬੰਦਾ ਪਿੱਛੇ ਕਾਲਾ ਕਿਸੇ ਕੋਲ ਕਾਵੇ ਮਾਮਾ ਗੜੀ ਅੰਗਰੇਜ਼ਾਂ ਚੋਣਾ ਅੰਗਰੇਜ਼ਾਂ ਦਾ ਖੇਡਾ ਹੈ ਅੰਗਰੇਜ਼ ਕਿੱਦਾਂ ਹੈ ਗੱਡੀ ਲਾਤੀ ਅੰਮ੍ਰਿਤਸਰ ਭਾਜੀ ਉਹਨਾਂ ਦੀ ਗੱਡੀ ਚ ਆਪਾਂ ਜਾਵਾਂਗੇ ਬਹੁਤ ਬਹੁਤ ਮੁਬਾਰਕ ਹੈ ਮਰਸਡੀ ਵਾਲਿਆਂ ਨੂੰ ਗੱਡੀ ਦੋ ਮੈਨੂੰ ਇੱਕ ਫਿਰ ਮੈਂ ਖੋਜ ਕਹਿੰਦੇ ਕੰਮ ਪੱਥਰੋ ਪੱਥਰੀ ਹੋਇਆ ਪਿਆ ਜੀ ਇੰਨੀਆਂ ਚੀਜ਼ਾਂ ਵੇਖ ਕੇ ਤੇ ਸਿਲੈਕਟ ਕਰਨਾ ਔਖਾ ਹੋ ਜਾਂਦਾ ਤੇ ਮਹਿੰਗਾ ਵੀ ਬੜਾ ਜੀ ਰੇਟ ਹੀ ਬੜਾ 854 ਰੁਪਈਏ ਰੇਟ ਆ ਪੱਥਰ ਦਾ ਪੱਥਰ ਨਹੀਂ ਕੀ ਇਹਨੂੰ ਆਉਂਦੇ ਪੁੱਛ ਕੇ ਦੱਸਦਾ ਇਹ ਮੇਰੇ ਹਿਸਾਬ ਨਾਲ ਗ੍ਰੇ ਨਾਲ ਕੀ ਸੈੱਟ ਕੀਤਾ ਆਪਾਂ ਕੀ ਜਾਂਦੇ ਇਹਨੂੰ
ਟੈਲੀਅਨ ਟੈਲੀਅਨ ਨੇ ਖਰਚਾ ਕਰਾਤਾ ਜੀ ਮੈਂ ਕਿਹਾ ਮੈਂ ਕਿਹਾ ਲਾਇਆ ਨਹੀਂ ਕਰਨਾ ਢਾਈ ਤਿੰਨ ਲੱਖ ਦਾ ਕੀ ਲਵਾਇਆ ਜੀ ਕੀ ਇਹਨੂੰ ਕਹਿੰਦੇ ਸੀ ਟੈਲੀਅਨ ਚ ਲੈ ਬੈਠੇ ਜੀ ਟੈਲੀਅਨ ਦੇ ਵਿੱਚ ਕਿੰਨੀਆਂ ਪੌੜੀਆਂ 2 ਲੱਖ ਚ ਪੈਣੀਆਂ ਤੇ ਬਾਅਦ ਚੋਂ ਜਿਹੜੇ ਲਾਉਣ ਵਾਲੇ ਪੈਸੇ ਲੈਣੇ ਤੇ ਓਹੋ ਬਾਈ ਲੱਕੜੇ ਲਾ ਲਈਏ ਪੌੜੀ ਆਪਾਂ ਤਾਂ ਤੇ ਬਾਪੂ ਦੇ ਮਾਂ ਪਿੰਨ ਜਾਣਾ ਹੁੰਦਾ ਆਪੇ ਔਖੇ ਸੌਖੇ ਚੜ੍ਹ ਜਾ ਕਰਨਗੇ ਕਹਿੰਦੇ ਚੋਬਰਾਂ ਨੇ ਕਰ ਲਈ ਉਹ ਵਾਪਸੀ ਚੋਬਰਾਂ ਨੇ ਚੰਗਾ ਆ ਨਾਲ ਨਹੀਂ ਗਏ ਗੁਰੂਆ ਤੁਸੀਂ ਉੱਥੇ ਬਿੱਲ ਜਦੋਂ ਬਣਿਆ ਨਾ ਬਿੱਲ ਜਦੋਂ ਬਣਿਆ ਬਿੱਲ ਵੇਖ ਕੇ ਨਿਕਲਦੀਆਂ ਚੀਕਾਂ ਓਮ ਫੋਂਦੀ ਇਕੱਲੇ ਪੌੜੀਆਂ ਪੌੜੀਆਂ ਜਿਹੜਾ ਲੱਗਣਾ ਨਾ ਇਟਾਲੀਅਨ ਕਿੰਨੇ ਦਾ ਹੋਊਗਾ ਬੋਲਾ 2 ਲੱਖ ਤੇ ਕੁਛ ਹਜ਼ਾਰ ਦਾ ਜੀ ਤੇ ਬਾਕੀ ਲੇਬਰ ਵੱਖਰੀ ਜਿਹੜੇ ਲਾਉਣਾ ਉਹਨਾਂ ਦੀ ਲੇਬਰ ਵੱਖਰੀ ਸਿਰਫ ਉੱਥੇ ਆਉਣਾ ਜਿਹੜਾ ਸੱਜ ਸਮਾਨ ਹੋਈ ਕੋਈ ਗੱਲ ਬਾਤ ਨੀ ਕੰਮ ਦੀਆਂ ਗੱਲਾਂ ਚੱਲਣੀਆਂ ਕੋਠੀ ਨੂੰ ਕੀ ਲਾਉਣਾ ਕੀ ਲਾਉਣਾ ਤੇ ਆਉਂਦੇ ਲਾਲਾ ਕਲਾ ਖੱਡੀ ਮਿਲਖਣੇ ਗੁਰੂਆ ਅੰਬਰਸਰ ਤੋਂ ਲੈ ਕੇ ਮਿੱਤਰੋ ਪਿੰਡ ਆ ਗਏ ਆ ਗਾਣੇ ਨੀ ਲਾਏ ਜੇ ਤਵੇ ਠੁਕਦੇ ਆਏ ਜੇ ਬਾਬਾ ਸੇਰਾ ਦੇ ਮਨਾ ਚ ਸੇਰੇ ਦਾ ਵਾਹਵਾ ਕੱਚਾ ਹੋਇਆ ਪਰ ਥੋੜਾ ਚੰਗੀ ਗੱਲ ਭਾਊ ਤੇਰੇ ਘਰ ਦੇ ਵਹਿੰਦੇ ਤੈਨੂੰ ਆਪ ਨੂੰ ਸ਼ਰਮ ਚਾਹੀਦੀ ਹੈ ਬੜਾ ਨਜ਼ਾਰਾ ਆਉਂਦਾ ਰਾਣੀ ਸੁੰਦਰਾ ਦੇ ਆਪਾਂ ਪੁੱਤ ਭਰਾ ਹੋਏ ਹੋਏ ਲੈ ਵੀ ਨਜ਼ਾਰਾ ਆਉਂਦਾ ਏਦਾਂ ਵੇਖ ਕੇ ਮੈਨੂੰ ਤੈਨੂੰ ਕੌਣ ਲੱਗਦਾ ਆ ਤੁਮੇ ਕੌਣ ਆਦਮੀ ਲੱਗਦਾ ਹੈ ਐਸਾ ਇਨ ਤਿੰਨੋਂ ਆਦਮੀ ਅਸੀਂ ਇੱਕ ਇੱਕ ਬਹੁਤ ਜ਼ਿਆਦਾ ਹੈ ਤੇ ਦੋ ਗਾਂਡੂ ਲੱਗਦਾ ਹੈ ਗਾਂਡੂ ਬੋਲ ਦੋ ਗਾਂਡੂ ਕੌਣ ਲੱਗਦਾ ਹੈ ਔਰ ਇੱਕ ਵਾਰ ਔਰ ਆਪਕੋ ਇਨ ਦੋਨੋਂ ਆਦਮੀ ਉਸੇ ਗੋੜਾ ਕੌਣ ਲੱਗਦਾ ਹੈ ਘੋੜਾ ਸਾਰਾ ਦੋਨੋਂ ਵੀ ਕਹਿੰਦੇ ਆ ਨਾ ਤੂੰ ਸਮਝਿਆ ਨੀ ਗੱਲ ਦੂਜੇ ਕਹਿਣ ਡਿਆ ਆਏ ਓਏ ਕੌਣ ਲੱਗਦਾ ਦੋਵਾਂ ਚੋਂ ਬੜਾ ਖੁਸ਼ ਹੋਇਆ ਗੁਰੂਆ ਲੱਭ ਲਿਆ ਲੈ ਵੀ ਸਵੇਰੇ ਕਹਿੰਦੇ ਚੋਬਰ ਜਿੰਮ ਸ਼ੁਰੂ ਕਰੂਗਾ ਸਵੇਰੇ ਬੰਦੇ ਨੇ ਧਾਰ ਲਿਆ ਮਨ 'ਚ ਅਤੇ ਜੋ ਮਰਜ਼ੀ ਜਿੰਮ ਸ਼ੁਰੂ ਕਰਾ ਦੇਣਾ ਹਾਂ ਵੀ ਚੋਬਰਾ ਲਾਈ ਲੀਲਾ ਤਾਂ ਮਾਰੀ ਅਰੈਸਟ ਸਵੇਰੇ ਫਿਰ ਪਿੰਡੋਂ ਚੱਕ ਲਊਂ ਮੈਂ ਜਦੋਂ ਗੁਰਦੁਆਰਾ ਸਾਹਿਬ ਜਾਣਾ ਮਾੜਾ ਜਿਹਾ ਹਾਂ ਪਰਵੇਸ਼ ਤੁਮਨੇ ਖਰਚਾ ਕਰਵਾ ਦਈਏ ਭਾਈ ਅੱਜ
वो जो पत्थर है ना, जो क्या होता है इटालियन, जो महंगा आता है, जो पौड़ियों में लगना है जी, वो 2.5 लाख का मिला है आज, 2,00,000+ का। और अगर आप लेबर भी इटालियन पौड़ियों में लगेगा, तो वो जो हमारा वो फ्रंट है जिसमें वो ऐसे ऐसे बारियां बनी, उसके अंदर वाली साइड में लगना है। ठीक है तो फिर, ठीक है तो फिर हमारा तो जुलूस निकल गया वहीं पे देख के। इतना पैसा, वो भी पौड़ियों नहीं, वो चीज एक बार लगता है, वो चीज लगता है एक बार, जितना बार आप रगड़ाई करवाओगे ना उतना बार चमकेगा वो। ऐसी बात उनने भी बोली थी, जैसे कि आप 2 महीने रहे, उससे आपका दिल भर गया, यार गंदा हो गया लगता है, मारो एक मारते रगड़ाई फिर चमकूगा। ओ पता की है, जेड़ा उच्च 2 तरह का पत्थर ही, एक डार्क, जो डार्क वाला है वो 120 फुट, और जो लाइट वाला था वो 400 फुट, और 400 फुट का रेट था कुछ 490 रुपए, कुछ इतना रेट था। मैं तो रेट सुन के हैरान गया, 1 फुट का इटालियन महंगा मिलता है। ओदा 200 रुपए वाला भी था, लेकिन वो 490 ऐसा कुछ रेट था उसका। अब वो उसकी है ना, उसकी लगाई भी है ना, वो दूसरी ढंग से लगाते हैं, जैसे हम ये लगाते हैं ना उस तरीके से नहीं लगाते हैं। ये जो इटालियन है ना, जैसे हम लोग टाइल काट लेते हैं, पत्थर काट लेते हैं ना, उससे उसको काटूंगा ना, उठाते उठाते वो टूट जाता है। जिस दिन तुम काटोगे ना, तुम्हारे लागे देखेंगे उसको, आ जाना है कल या परसों आ जाएगा। चंगा भी मित्रों, फिर आप वहाँ लाने के लिए? हाँ, उसकी मैंने बुकिंग करवा दी और थोड़ी सी पेमेंट भी दे दी है, कल को सारी पेमेंट चल जाएगी और परसों को हमारे को पत्थर आ जाएगा भाई। मैं भी घर पौना सच्ची मित्रों, बड़े औखे जी, ये कोई वीर भरा पौन डिया दे, सारा एस्टीमेट लैके चले, बड़ा बंदा औखा हों जी, है ना। चलो अपने मालिक की मेहर ना, चलो स्टेप बाय स्टेप चली जान डे, है ना, बड़े तरीके ने पौन डे आप। बाकी जेडे भी किसी भराने पौना वा हजे, तो पूरा बाइट रख के, पूरा बाइट बनवा के आर्किटेक्ट फिर शुरू करो। ये नहीं कि आप कही आह बना लीए, पहले आह बना लीए, फिर बड़ा औखा हों जी काम। बाकी मेरी जान मिलते हैं सवेरे नवे ब्लॉग के नाल, अज का ब्लॉग इन्ना ही है, करिए खत्म, मारिए रेस्ट रुस्ट, है ना, फिर उन्ना सवेरे टाइम से उठा। चंगा मेरी जान, स्नैपचैट तो इंस्टाग्राम पर गेड़ा मारा हो, तो जोड़ा ब्लॉग देखा जाए उन्हें घंट जहाँ कमेंट कर जो, जो तुम ब्लॉग देखिए वही लगता जानको, कमेंट पढ़ के वही लगता, कमेंटा इन्हें ढड़ना गल्ला बात आ जाएँ, तो कमेंट लाइक भी जरूर करी दे भावों को पता लगे कि हाँ भी कमेंट पढ़ लिया वा। लो जो मेरी जान, जीते वसते रहो तो नज़ारे लो।